ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਜ਼ੀਸ਼ਾਨ ਅਲੀ ਟੂਰਿਸਟ ਮੈਂਟੋਰ ਚੈਨਲ ਤੋਂ। ਦੋਸਤੋ, ਅੱਜ ਅਸੀਂ ਕਿਸੇ ਕੰਟਰੀ ਦੇ ਬਾਰੇ ਗੱਲ ਕਰਾਂਗੇ ਜਿਹੜਾ ਯੂਰਪ ਦੇ ਵਿੱਚ ਆ, ਸ਼ੈਂਗਨ ਟੈਰੀਟੋਰੀ ਦੇ ਵਿੱਚ ਆ, ਅਤੇ ਉਹਨੇ 4,300 ਤਕਰੀਬਨ ਬੰਦਾ ਰੈਕਰੂਟ ਕਰਨਾ ਵਾ ਆਲ ਓਵਰ ਦਾ ਵਰਲਡ, ਜਿਹਦੇ ਵਿੱਚ ਪਾਕਿਸਤਾਨ, ਇੰਡੀਆ, ਬੰਗਲਾਦੇਸ਼ ਅਤੇ ਨੇਪਾਲ ਵੀ ਸ਼ਾਮਲ ਆ। ਅਤੇ ਗ੍ਰੇਟ ਅਪਰਚੁਨਿਟੀ ਆ, ਅਤੇ ਉਹ ਜੋਬਾਂ ਦੇ ਰਿਹਾ ਵਾ, ਵੀਜ਼ੇ ਦੇ ਰਿਹਾ ਵਾ। ਅਤੇ ਸਭ ਤੋਂ ਜਿਹੜੀ ਬਿਹਤਰੀਨ ਮੈਨੂੰ ਗੱਲ ਲੱਗੀ ਹੈ ਕਿ ਤੁਸੀਂ ਉਹਦਾ ਏਜੰਟ ਵਗੈਰਾ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ, ਈ ਵੀਜ਼ਾ ਲਾਓ ਅਤੇ ਤੁਸੀਂ ਜਾ ਸਕਦੇ ਹੋ ਉਸ ਕੰਟਰੀ ਦੇ ਵਿੱਚ। ਚਲੋ ਜੀ ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਕਰਦਾ ਹਾਂ ਕਿ ਪਲੀਜ਼, ਅਗਰ ਵੀਡੀਓ ਪਸੰਦ ਆਵੇ ਇਹਨੂੰ ਲਾਈਕ, ਸ਼ੇਅਰ ਤਾਂ ਕਮੈਂਟ ਕਰਨਾ, ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ। ਅਤੇ ਜਿਹੜੇ ਮੇਰੇ ਨਵੇਂ ਆਉਣ ਵਾਲੇ ਦੋਸਤ ਆ, ਵੈਲਕਮ ਜੀ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਪਲੀਜ਼, ਐਂਡ ਥੈਂਕ ਯੂ। ਚਲੋ ਜੀ, ਅੱਜ ਦੇ ਵੀਡੀਓ ਦੀ ਤਰਫ ਚੱਲਦੇ ਹਾਂ। ਅੱਜ ਦਾ ਵੀਡੀਓ ਜੀ, ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਬਿਲਕੁਲ ਉਹਨਾਂ ਨੇ 4,300 ਬੰਦਾ ਰੈਕਰੂਟ ਕਰਨਾ। ਕੰਟਰੀ ਦਾ ਨਾਮ ਹੈ ਜੀ ਲਿਥੁਆਨੀਆ, ਇਹਦਾ ਕੈਪੀਟਲ ਜਿਹੜਾ ਵਾ ਵਿਲਨੀਅਸ ਆ, ਅਤੇ ਇਹਦੀ ਆਬਾਦੀ ਜਿਹੜੀ ਆ ਨਾ, ਪਾਪੂਲੇਸ਼ਨ ਇਹਦੀ 2.8 ਮਿਲੀਅਨ, ਤਕਰੀਬਨ 28,29,00,000 ਦੇ ਕਰੀਬ ਆ। ਇਹਦੇ ਨੇਬਰਿੰਗ ਕੰਟਰੀ ਦੇ ਵਿੱਚ ਹੈਗਾ ਵਾ ਜੀ ਲੈਟਵੀਆ, ਬੈਲਾਰੂਸ, ਪੋਲੈਂਡ ਅਤੇ ਰਸ਼ੀਆ। ਅਤੇ ਮੋਸਟਲੀ ਲੋਕ ਜਾਣਦੇ ਹੋਣਗੇ ਕਿ ਇਹ ਸ਼ੈਂਗਨ ਦੇ ਵਿੱਚ ਆ। ਅਤੇ ਇਹਨਾਂ ਨੇ ਜੀ 4,300 ਬੰਦਾ ਰੈਕਰੂਟ ਕਰਨਾ ਵਾ, ਜਿਹਦੇ ਵਿੱਚ ਪਾਕਿਸਤਾਨ ਦਾ ਨਾਮ ਵੀ ਆ। ਇਹਨਾਂ ਨੇ ਪੋਰਟਲ ਬਣਾਇਆ ਵਾ ਈ ਵੀਜ਼ੇ ਵਾਸਤੇ, ਮੈਂ ਤੁਹਾਨੂੰ ਉਹਦਾ ਨਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੱਸ ਦਿੰਦਾ, ਮੈਂ ਤੁਹਾਨੂੰ ਨਾ ਇਸ ਤਰ੍ਹਾਂ ਵੀ ਦੱਸ ਦਿੰਦਾ, ਉਹ ਹੈਗਾ EPM। EPM 'ਤੇ ਤੋਂ ਅਗਰ ਤੁਸੀਂ ਜਾਓਗੇ ਨਾ, ਤਾਂ ਉਹਦਾ ਪੂਰਾ ਪੋਰਟਲ ਖੁੱਲ੍ਹ ਜਾਏਗਾ ਵੀਜ਼ੇ ਦਾ। ਉਹ ਤੁਹਾਡੀ ਡਾਕੂਮੈਂਟੇਸ਼ਨ ਆ, ਕੀ ਕੀ ਚੀਜ਼ਾਂ ਚਾਹੀਦੀਆਂ ਵਾ, ਕਿਸ ਤਰ੍ਹਾਂ ਤੁਸੀਂ ਵੀਜ਼ਾ ਉਹਦਾ ਈਜ਼ੀਲੀ ਲੈ ਸਕਦੇ ਆ, ਜੋਬਾਂ ਕਿੱਥੋਂ ਲੱਭਣੀਆਂ, ਇਹ ਸਾਰੀ ਮੈਂ ਤੁਹਾਨੂੰ ਡਿਟੇਲ ਸਟੈਪ ਬਾਈ ਸਟੈਪ ਦੱਸਾਂਗਾ। ਅੱਛਾ ਜੀ, ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਹੈਗਾ ਵਾ ਜਿਹੜੇ ਐਗਰੀਕਲਚਰ ਵਾਲਾ ਲੈਂਡ ਦੇ, ਜਾਂ ਫਾਰਮਿੰਗ ਤੁਸੀਂ ਜਿਹਨਾਂ ਨੂੰ ਕਹਿੰਦੇ ਖੇਤੀਬਾੜੀ ਸਾਦਾ ਲਫ਼ਜ਼ਾਂ 'ਚ, ਉਹਨਾਂ ਵਾਸਤੇ ਵਰਕਰ ਚਾਹੀਦੇ ਆ ਜਿਹੜੇ ਫਾਰਮਿੰਗ ਨੂੰ ਜਾਣਦੇ ਹੋਣ। ਦੂਸਰੇ ਨੰਬਰ 'ਤੇ ਆ ਜਾਂਦਾ ਜੀ ਆਪਣਾ ਲੇਬਰ ਵੀਜ਼ਾ, ਜਿਹੜਾ ਜਿਸ ਤਰ੍ਹਾਂ ਫੈਕਟਰੀ ਦੇ ਵਿੱਚ ਕੋਈ ਕੰਮ ਆ, ਕੋਈ ਮੈਨੂਫੈਕਚਰਰ ਆ ਜਾਂ ਕੋਈ ਫੈਕਟਰੀ ਆ, ਲੇਬਰ ਜੋਬ ਆ। ਅੱਛਾ, ਉਹਦੀ ਤਨਖਾਹ ਜਿਹੜੀ ਹੁੰਦੀ ਆ ਤਕਰੀਬਨ, ਇਹ ਸਟਾਰਟ ਕਰਦੇ ਆ ਅਰਾਊਂਡ 2,300 ਯੂਰੋਸ ਪਰ ਮੰਥ। ਫਿਰ ਉਸ ਤੋਂ ਬਾਅਦ ਆ ਜਾਂਦਾ ਜੀ ਹੋਟਲ ਦਾ ਵਾ, ਅਗਰ ਕੋਈ ਬੰਦਾ ਸ਼ੈੱਫ ਆ ਜਾਂ ਥੋੜ੍ਹੀ ਬਹੁਤ ਇੰਗਲਿਸ਼ ਬੋਲ ਸਕਦਾ ਬੇਸਿਕ, ਅਤੇ ਉਹ ਵੇਟਰ ਵੇਟਰੈਸ ਜਾਂ ਰਿਸੈਪਸ਼ਨਿਸਟ ਤਾਂ ਕਰ ਸਕਦਾ ਵਾ। ਉਹਨਾਂ ਨੂੰ ਫਿਰ ਹਾਊਸ ਕੀਪਿੰਗ ਵਾਸਤੇ ਚਾਹੀਦੇ ਆ ਬੰਦੇ। ਉਸ ਤੋਂ ਇਲਾਵਾ ਫਿਰ ਅਗਰ ਤੁਸੀਂ ਥੋੜ੍ਹਾ ਬਹੁਤ ਪੜ੍ਹੇ ਆ, ਤੁਹਾਡੇ ਕੋਲ ਡਿਗਰੀ ਆ, ਤੁਸੀਂ ਇੰਗਲਿਸ਼ ਟਿਊਟਰ ਜਾ ਸਕਦੇ, ਇੰਗਲਿਸ਼ ਟੀਚਰ ਦੀ ਤੁਹਾਨੂੰ ਜੋਬ ਲੱਭ ਸਕਦੀ ਆ। ਫਿਰ ਉਸ ਤੋਂ ਬਾਅਦ ਹੈਲਥ ਕੇਅਰ ਵਰਕਰਸ ਆ, ਜਿਹਨਾਂ ਨੂੰ ਅਸੀਂ ਫਰੰਟ ਲਾਈਨ ਵਰਕਰ ਵੀ ਕਹਿੰਦੇ ਹਾਂ, ਬਹੁਤ ਜ਼ਿਆਦਾ ਕੈਟਾਗਰੀ ਆ। ਫਿਰ ਕੰਸਟਰਕਸ਼ਨ ਦਾ ਵਾ, ਕੋਈ ਮੇਸਨ ਆ, ਮਿਸਤਰੀ ਆ, ਕੋਈ ਫਲੋਰਿੰਗ ਦਾ ਕੰਮ ਜਾਣਦਾ, ਕੋਈ ਕਿਸੇ ਕਿਸਮ ਦਾ ਵੀ ਬਿਲਡਿੰਗ ਲਾਈਨ ਦਾ, ਉਹਨਾਂ ਵਾਸਤੇ ਵੀਜ਼ੇ ਕੱਢੇ ਆ। ਅਤੇ ਬਹੁਤ ਜ਼ਬਰਦਸਤ ਅਪਰਚੁਨਿਟੀ ਆ, ਬਗੈਰ ਹੈਸਲ ਤੋਂ, ਅਗਰ ਤੁਹਾਡੇ ਵਿੱਚ ਐਬਿਲਿਟੀ ਆ ਜਾਂ ਤੁਸੀਂ ਜ਼ਿਆਦਾ ਪੜ੍ਹੇ ਲਿਖੇ ਨਹੀਂ ਆ, ਤੁਸੀਂ ਇੰਗਲਿਸ਼ ਨਹੀਂ ਬੋਲ ਸਕਦੇ, ਲੈਟਸ ਸਪੋਜ਼ ਤੁਹਾਡੇ ਲਈ ਵੀ ਉਨੀ ਇਕੁਅਲ ਤੁਹਾਡੇ ਕੋਲ ਅਪਰਚੁਨਿਟੀ ਉਨੀ ਆ ਜਿੰਨੀ ਇੱਕ ਪੜ੍ਹੇ ਲਿਖੇ ਬੰਦੇ ਵਾਸਤੇ ਆ, ਜ਼ਰੂਰ ਇਹਨੂੰ ਅਪਲਾਈ ਕਰੋ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਹਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ, ਹਾਂ, ਇਹ ਜੋਬ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਨਾ ਜੋਬ ਆਫਰ ਲੈਟਰ ਹੋਣਾ ਚਾਹੀਦਾ ਵਾ। ਮੈਂ ਤੁਹਾਨੂੰ ਉਹਦੀਆਂ ਵੀ ਨਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੱਸ ਦਿੰਦਾ ਵਾਂ
ਕਿਹੜੀਆਂ ਕਿਹੜੀਆਂ ਸਾਈਟਾਂ 'ਤੇ ਤੁਸੀਂ ਜਾ ਕੇ ਅਤੇ ਤੁਸੀਂ ਜੋਬ ਆਪਣੀ ਫਾਈਂਡ ਕਰ ਸਕਦੇ ਹਾਂ। ਮੈਂ ਤੁਹਾਨੂੰ ਵੈਬਸਾਈਟ ਦੱਸ ਦਿੰਦਾ, ਜੋਬਸ ਇਨ ਲਿਥੁਆਨੀਆ, ਅਗਰ ਤੁਸੀਂ ਗੂਗਲ 'ਤੇ ਸਰਚ ਕਰੋਗੇ ਉਹ ਖੁੱਲ੍ਹ ਜਾਣਗੇ ਨਾ, ਉਹ ਸਾਈਟਸ ਖੁੱਲ੍ਹ ਜਾਣਗੀਆਂ ਕਿ ਲਿਥੁਆਨੀਆ ਦੇ ਵਿੱਚ ਕਿਹੜੇ ਕਿਹੜੇ ਉਹ ਜੋਬਾਂ ਦੇਖ ਰਹੇ ਆ ਜਿਹੜੇ ਇੰਪਲੋਇਰਸ ਆ। ਫਿਰ ਜੋਬਸ ਇਨ ਵਿਲਨੀਅਸ ਆ ਜਿਹੜਾ ਉਹਦਾ ਕੈਪੀਟਲ ਆ, CV.LD, ਐਂਡ ਦੈਨ ਹੈਗਾ ਵਾ DERBA.LT। ਮੈਂ ਖੈਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੱਸ ਦੂੰਗਾ। ਫਿਰ ਹੈਗਾ CVOnline.LT, ਇਹ ਜੀ ਸਾਈਟਾਂ ਵਾ ਕੁਛ, ਤੁਸੀਂ ਇਹਨਾਂ ਦੇ ਉੱਤੇ ਜਾ ਕੇ ਜੋਬਾਂ ਦੇਖੋ ਅਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ 'ਚ ਜਿੰਨੀ ਤੁਹਾਡੇ ਵਿੱਚ ਐਬਿਲਿਟੀ ਆ ਜਾਂ ਜਿਹੜੀ ਵੀ ਤੁਹਾਡੇ ਕੋਲ ਸਕਿੱਲ ਆ, ਤਾਂ ਤੁਸੀਂ ਇਹਨਾਂ ਦੇ ਵਿੱਚ ਜੋਬਾਂ ਦੇਖ ਸਕਦੇ ਹੋ। ਅਗਰ ਸਕਿੱਲ ਨਹੀਂ ਵੀ ਹੈ ਉਹਦੇ ਵਿੱਚ ਲੇਬਰ ਵੀਜ਼ੇ ਵੀ ਆ, ਕਿ ਜਿਹੜੇ ਕੋਈ ਮਤਲਬ ਹੈਲਪਰ ਆ ਜਾਂ ਕੋਈ ਡਰਾਈਵਰ ਆ, ਹਾਂ ਡਰਾਈਵਰ ਦਾ ਵੀ ਹੈ ਉਹਦੇ ਵਿੱਚ, ਤੁਸੀਂ ਇਹ ਬਹੁਤ ਈਜ਼ੀਲੀ ਅਪਲਾਈ ਕਰ ਸਕਦੇ। ਤੁਹਾਡੇ ਕੋਲ ਵੀ ਉਤਨੀ ਹੀ ਓਪਰਚੁਨਿਟੀ ਆ ਜਿੰਨੀ ਇੱਕ ਪੜ੍ਹੇ ਲਿਖੇ ਬੰਦੇ ਨੂੰ। ਫਿਰ ਨਰਸਿਸ ਦੇ ਵੀਜ਼ੇ ਆ, ਅਤੇ ਉਹਨਾਂ ਦੀ ਜਿਹੜੀ ਬੇਸਿਕ ਉਹਨਾਂ ਨੇ ਪੇ ਕੀਤੀ ਹੈ ਨਾ ਸਲੈਕਟ, ਉਹ ਹੈਗੀ ਹੈ 2,300 euro ਪਰ ਮੰਥ, ਅਤੇ ਜ਼ਰੂਰ ਅਪਲਾਈ ਕਰੋ, ਤੁਸੀਂ ਲੱਕੀ ਹੋ ਸਕਦੇ ਆ, ਤੁਹਾਨੂੰ ਇਨਸ਼ਾਅੱਲਾ ਜੋਬ ਵੀ ਲੱਭ ਜਾਏਗੀ। ਅੱਛਾ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਟਿਪ ਹੈਗਾ ਵਾ, ਟਿਪ ਇਹ ਆ ਕਿ ਅਗਰ ਤਾਂ ਤੁਸੀਂ CV ਪ੍ਰੋਫੈਸ਼ਨਲੀ ਬਣਾ ਸਕਦੇ ਆ, ਤੁਸੀਂ ਆਪ ਬਣਾ ਲਓ, ਨਹੀਂ ਤੇ ਪਾਕਿਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ 1,000 ਰੁਪਇਆ ਮੈਕਸੀਮਮ ਲੱਗਦਾ ਵਾ, ਉਹ ਤੁਹਾਨੂੰ ਪ੍ਰੋਫੈਸ਼ਨਲ CV ਜਿਹੜੀ ਆ ਉਹ ਬਣਾ ਕੇ ਦੇਣਗੇ, ਜਿਹੜੀ ਆਪਣਾ ਆਲ ਓਵਰ ਦਾ ਵਰਲਡ ਮਤਲਬ ਉਹ ਮੰਨੀ ਜਾਂਦੀ ਆ ਕਿ ਯਾਰ ਇਹ ਸਟਰੋਂਗ CV ਆ। CV ਕਿਸੇ ਪ੍ਰੋਫੈਸ਼ਨਲ ਕੋ ਬਣਾਓ, ਕਵਰ ਲੈਟਰ ਬਣਾਓ CV ਦੇ ਉੱਤੇ ਅਗਰ ਤੁਸੀਂ ਮੁਨਾਸਬ ਸਮਝੋ, ਅਤੇ ਆਪਣੀ ਇੱਕ ਸਾਈਡ ਦੇ ਉੱਤੇ ਪਿਕਚਰ ਲਾਓ, ਨੇਮ ਥੱਲੇ ਲਿਖ ਕੇ ਆਪਣਾ ਫੋਨ ਨੰਬਰ ਤਾਂ ਈਮੇਲ ਐਡਰੈਸ ਲਿਖੋ। ਇਹ ਜ਼ਰੂਰ ਤੁਸੀਂ CV ਸਟਰੋਂਗ ਹੋਣੀ ਚਾਹੀਦੀ ਆ ਪਲੀਜ਼, ਤਾਂ ਕਿ ਇੱਕ ਦਫ਼ਾ ਤੁਹਾਡਾ ਇੰਪਲੋਇਰ ਦੇਖੇ ਅਤੇ ਉਹ ਕਹੇ ਕਿ ਯਾਰ ਵਾਕਈ ਇਹ ਬੰਦੇ ਦੇ ਵਿੱਚ ਇਹ ਆ। ਦੂਸਰਾ, ਗੈਪ ਨਾ ਹੋਵੇ, ਤੁਸੀਂ ਸਟੱਡੀ ਛੱਡੀ ਆ ਲੈਟ ਸਪੋਜ਼ ਕਿ 2014 ਦੇ ਵਿੱਚ, ਮੈਂ ਐਗਜ਼ਾਮਪਲ ਦੇ ਰਿਹਾ, ਉਸ ਤੋਂ ਬਾਅਦ ਹੁਣ ਚੱਲਦਾ ਪਿਆ 2024, ਮੈਂ ਤੁਹਾਡਾ ਗੈਪ ਨਾ ਹੋਵੇ, ਤੁਸੀਂ ਸ਼ੋ ਇਹ ਕਰਨਾ ਕਿ ਤੁਸੀਂ ਕੁਛ ਨਾ ਕੁਛ ਕਰ ਰਹੇ ਸੀਗੇ, ਤੁਸੀਂ ਮਤਲਬ ਬਿਜ਼ੀ ਹੋ, ਮਤਲਬ ਇਹ ਲੱਗਣਾ ਚਾਹੀਦਾ ਕਿ ਤੁਸੀਂ ਆਪਣਾ ਟਾਈਮ ਵੇਸਟ ਨਹੀਂ ਕਰ ਰਹੇ, ਤੁਸੀਂ ਕੁਛ ਨਾ ਕੁਛ ਜੋਬ ਕਰ ਰਹੇ ਹੋ ਜਾਂ ਜੋ ਵੀ ਤੁਹਾਡੀ ਐਕਟੀਵਿਟੀਜ਼ ਆ, ਤੁਸੀਂ ਫਾਰਮਿੰਗ ਕਰ ਰਹੇ ਹੋ ਜਾਂ ਜੋ ਵੀ ਆ। CV ਉਸ ਹਿਸਾਬ ਨਾਲ ਬਣਾਇਓ ਜਿਹਦੇ ਵਿੱਚ ਤੁਹਾਡੇ ਕੋਲ ਥੋੜ੍ਹੀ ਬਹੁਤ ਸਕਿੱਲ ਆ, ਜਾਂ ਜੇ ਤੁਸੀਂ ਸਮਝਦੇ ਕਿ ਤੁਸੀਂ ਅਗਰ ਲੇਬਰ ਹੋ ਤਾਂ ਲੇਬਰ ਦੀ ਹੀ CV ਬਣਾਇਓ, ਬਿਹਤਰੀਨ ਕਰਕੇ CV ਬਣਾਇਓ। ਅਤੇ ਦੋਸਤੋ, ਅਗਰ ਵੀਡੀਓ ਪਸੰਦ ਆਵੇ ਤਾਂ ਪਲੀਜ਼ ਇਹਨੂੰ ਲਾਈਕ ਜ਼ਰੂਰ ਕਰ ਦੇਣਾ, ਦੋਸਤਾਂ ਦੇ ਨਾਲ ਸ਼ੇਅਰ ਕਰਨਾ, ਤਾਂ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਵੈਰੀ ਮੱਚ, ਆਪਣਾ ਖਿਆਲ ਰੱਖਿਓ, ਅਗਲੀ ਵੀਡੀਓ 'ਤੇ ਕਰ ਇਜਾਜ਼ਤ ਦਿਓ, ਫਿਰ ਮੁਲਾਕਾਤ ਹੋਏਗੀ। ਗੁੱਡ ਬਾਏ।